ਮੈਂ ਜੈਦਰ ਬਾਬਾ ਸਤਨਾਮ ਸਿੰਘ ਜੀ। ਅਤੇ ਕਿਹੜੀ ਮਿਸਲ ਹੈ ਜੀ ਆਪਣੀ? ਮਿਸਲ ਸ਼ਹੀਦ ਬਾਬਾ ਸ਼ਾਮ ਸਿੰਘ ਅਟਾਰੀ, ਦੂਸਰੀ ਮਿਸਲ ਮਿਸਲ ਸ਼ਹੀਦ ਬਾਬਾ ਬਲਵੰਤ ਸਿੰਘ ਜੀ ਤਰਨਾ ਦਲ ਖਾਪੜਖੇੜੀ ਵਾਲੇ। ਅਤੇ ਬਾਬਾ ਜੀ ਅੱਜ ਜੋ ਇਹ ਮੇਲਾ ਬਣਾਇਆ ਗਿਆ ਹੈ, ਕਿਹਨਾਂ ਸਿੰਘਾਂ ਦੀ ਯਾਦ ਦੇ ਵਿੱਚ ਬਣਾਇਆ ਗਿਆ? ਇਹ ਜਿਹੜੇ 84 ਦੇ ਦੰਗੇ ਤੋਂ ਬਾਅਦ ਸ਼ਹੀਦ ਹੋਏ ਨੇ ਪੁਲਿਸ ਮੁਕਾਬਲਿਆਂ ਦੇ ਵਿੱਚ, ਜਹਿਦਾਰ ਲਖਬੀਰ ਸਿੰਘ ਜੀ ਭੀਰਾ, ਉਹਨਾਂ ਦੀ ਅੱਜ 20ਵੀਂ ਬਰਸੀ ਮਨਾਈ ਜਾ ਰਹੀ ਹੈ ਜੀ। ਹਾਂਜੀ ਬਾਬਾ ਜੀ, ਕੀ ਤੁਸੀਂ ਸਿੱਖ ਜਥੇਬੰਦੀਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਜੋ ਅੱਜ ਦੇ ਦਿਨ? ਇਹ ਜੋ ਘੱਲੂਘਾਰਾ ਹੋਇਆ 84 ਦੇ ਦੰਗੇ ਦਾ, ਇਹ ਪੀੜਤ ਪਰਿਵਾਰਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਸੰਦੇਸ਼ ਦਿੱਤਾ ਜਾਂਦਾ ਹੈ ਕਿ ਸਾਰਾ ਪਰਿਵਾਰ ਜਿਹੜਾ ਵਿਛੜ ਚੁੱਕਾ ਹੈ ਜਾਂ ਪਰਿਵਾਰ ਤੋਂ ਵਾਂਝੇ ਰਹਿੰਦੇ ਅੰਮ੍ਰਿਤ ਛਕਣ ਤੋਂ, ਉਹ ਪਰਿਵਾਰ ਅੰਮ੍ਰਿਤ ਛਕਣ ਅਤੇ ਸਿੱਖ ਪੰਥ ਦੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣ, ਇਹ ਮੇਰੇ ਅਗਵਾਇਸ਼ ਆ। ਆਪਣੇ ਪਰਿਵਾਰ ਵੱਲੋਂ ਸਾਰਿਆਂ ਵੱਲੋਂ ਸੰਦੇਸ਼ ਦੇਣਾ, ਗੁਰੂ ਪੰਥ ਦੇ ਘੋੜ ਸਵਾਰ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਇਹਨਾਂ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਾ। ਬਾਬਾ ਜੀ, ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਅਦੁੱਤੀ ਸ਼ਹਾਦਤ ਨੂੰ ਅੱਜ ਸਾਰੀ ਸਿੱਖ ਕੌਮ ਜਿਹੜੀ ਮਨਾ ਰਹੀ ਹੈ, ਕੋਈ ਨੌਜਵਾਨਾਂ ਨੂੰ ਜਿਹੜੇ ਪਤਤ ਪੁਣੇ ਵਿੱਚ ਜਾ ਰਹੇ ਨੇ ਜਾਂ ਨਸ਼ੇ ਕਰਦੇ ਨੇ, ਉਹਨਾਂ ਨੂੰ ਕੋਈ ਆਪ ਦੀ ਜਥੇਬੰਦੀ ਵੱਲੋਂ ਕੁਛ ਸੰਦੇਸ਼ ਦੇਣਾ ਚਾਹੁੰਦੇ ਹੋ? ਅਸੀਂ ਇਹ ਜਿਹੜੇ ਆ ਪਤਵ ਹੋ ਰਹੇ ਨੇ ਅੱਜ, ਇਹ ਜੋ ਵੀ ਅੱਜ ਦੇ ਦੌਰ ਦੇ ਵਿੱਚ ਫਸੀ ਜਾ ਰਹੀ ਹੈ ਦੁਨੀਆ, ਨਸ਼ੇ ਦੇ ਵਿੱਚ ਦੌਰ ਵਿੱਚ ਫਸੇ ਨੇ, ਇਹਨਾਂ ਨੂੰ ਅਸੀਂ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਅਤੇ ਜਿੱਦਾਂ ਸਰਨੈਲ ਸਿੰਘ ਖਾਲਸਾ ਪਿੰਡਰਾਲਿਆਂ ਦੀ ਆਵਾਜ਼ ਸੀ, ਉਸ ਆਵਾਜ਼ ਨੂੰ ਕਾਇਮ ਰੱਖਦਿਆਂ ਹੋਇਆ ਇਸੇ ਤਰ੍ਹਾਂ ਹੀ ਕਾਇਮ ਰੱਖਣਾ ਚਾਹੀਦਾ ਹੈ। ਉਹ ਨਸ਼ੇ ਪੱਤੇ ਦੇ ਵਿਰੁੱਧ ਸੀ, ਇਹ ਵਿਰੁੱਧ ਖਾਲਸੇ ਨੂੰ ਰਹਿਣਾ ਚਾਹੀਦਾ ਹੈ ਅਤੇ ਸਿੱਖ ਕੌਮ ਦੇ ਜਿੰਨੇ ਵੀ ਜੁਝਾਰੂ ਸਿੱਖ ਨੇ, ਨਿਹੰਗ ਜਥੇਬੰਦੀਆਂ ਨੇ, ਇਹ ਸੰਤ ਜਰਨੈਲ ਸਿੰਘ ਖਾਲਸਾ ਜੀ ਨੂੰ ਵਧਾਈ ਦਿੰਦੇ ਸੀਗੇ, ਹਰ ਪੱਤਰ ਇਹਨਾਂ ਦੇ ਨਾਂ ਰਹਿੰਦੇ ਸੀਗੇ, ਅੱਜ ਵੀ ਉਹਨਾਂ ਦੇ ਨਾਲ ਉਸੇ ਤਰ੍ਹਾਂ ਹੀ ਜੁੜੀਆਂ ਹੋਈਆਂ ਫੌਜੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ, ਘੋੜ ਸਵਾਰ ਵੀ ਇਸੇ ਤਰ੍ਹਾਂ ਹੀ ਪਿੰਡਾਂ ਦੀਆਂ ਸੰਗਤਾਂ ਨੂੰ ਅੰਮ੍ਰਿਤ ਛਕਾਉਂਦੇ ਹਾਂ ਅਤੇ ਧਰਮ ਦਾ ਪ੍ਰਚਾਰ ਕਰਦੇ ਹਾਂ। ਵੱਖ ਵੱਖ ਪਿੰਡਾਂ ਦੇ ਵਿੱਚ ਹਰ ਥਾਂ 'ਤੇ ਜਾ ਕੇ ਅਸੀਂ ਅੰਮ੍ਰਿਤ ਛਕਾ ਕੇ ਪ੍ਰਚਾਰ ਕਰਦੇ ਹਾਂ ਧਰਮ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।